बीजेपी वाले आपदे सहायक दलों का कूड़ा करी जा रहे हैं। जिन्हें भी भारत दल जिन्होंने इन्होंने अड्ड अड सूबे च पैर लवाए उन्होंने सारे का कवाड़ा करके आपो आपकी पार्टी नू बड़ा तेजी नाल अगे ले जा रहे हैं। सुनील जाखड़ कांग्रेस च होंदे सी, इस वेले उन्होंने भी पता कि असी पंजाब दे विच बीजेपी वालों जो कुछ लैना हाँ सानू इत्थे बादल दल नाल यारी पौनी पैनी आ। जिहड़ा बादल दल दे विच टुट भज हुई सी पिछले दिनों दे विच बहुत सारे जिहड़े लीडर सीगे काटा बाय करके गए सी। ਢੀਂਡਸਾ ਸਾਹਿਬ ਦਾ ਤਾਂ ਪਤਾ ਹੀ ਆ, ਅੱਜ ਇੱਕ ਖਬਰ ਆ ਵੀ ਚਰਚਾ ਚ ਆ ਵੀ ਬੀਬੀ ਜਗੀਰ ਕੌਰ ਵੀ ਉਹ ਵੀ ਘਰ ਵਾਪਸੀ ਕਰਨਗੇ। ਕਿਸੇ ਵੇਲੇ ਪੰਜਾਬ ਦੇ ਹੱਕਾਂ ਲਈ ਜਾਂ ਪੰਥ ਦੇ ਮਸਲਿਆਂ ਲਈ ਸਾਡੇ ਕੋਲੇ ਸਭ ਤੋਂ ਮਜ਼ਬੂਤ ਧਿਰ ਅਕਾਲੀ ਦਲ ਹੁੰਦਾ। ਅਕਾਲੀ ਦਲ ਦਾ ਪਾਤਾ ਭੋਗ ਤੇ ਬਾਦਲ ਪਰਿਵਾਰ ਨੇ ਬਾਦਲ ਦਲ ਬਣਾ ਲਿਆ, ਜਿਹਨੂੰ ਅਕਾਲੀ ਦਲ ਕਹਾਉਣ ਦੀ ਅਕਾਲੀ ਮਨਾਉਣ ਦੀ ਜਿਹੜੀ ਜਿੱਦ ਵਾ ਉਹ ਲਗਾਤਾਰ ਚੱਲ ਰਹੀ ਆ। बादल परिवार का यहोजा कब्जा भी श्रोमणी कमेटी राही ताकत के जथेदारा उ हर थान के उत्ते बादलकिया की किसी ना किसी तरीके जड़ा तो कुंडी वो फसाई हुई, जिदे नतीजे पंथ लिए भी माड़े निकले आ, पंजाब लिए भी माड़े निकले आ। जो कुछ साढ़े वापरिया खास तौर पर साढ़े इष्ट की बेअदबी पंजाब के डेरेदारा दे राही जिमें सिखी का घाण ਕਿ ਹੋਰ ਸਾਰਾ ਕੁਛ ਉਹ ਅਕਾਲੀ ਭਾਜਪਾ ਗੱਠਜੋੜ ਮੌਕੇ ਪੰਜਾਬ ਨੂੰ ਅਤੇ ਪੰਥ ਨੂੰ ਤਾਂ ਬਹੁਤ ਭਾਰੀ ਕੀਮਤ ਦੇਣੀ ਪਈ। ਹਰਜਿੰਦਰ ਸਿੰਘ ਮਾਝੀ ਨੇ ਇੱਕ ਪ੍ਰੋਗਰਾਮ ਕੀਤਾ ਅਤੇ ਉੱਥੇ ਡੇਰਾ ਮੁਖੀ ਦੇ ਜਿਹੜੇ ਲੋਕਟ ਦਿੱਤੇ ਹੋਏ ਸੀ ਲੋਕਾਂ ਦੇ ਗਲਾਂ 'ਚ ਪਾਉਣ ਵਾਲੇ ਉਹ ਲੋਕਾਂ ਨੇ ਵਗਾ ਅਤੇ ਪੈਰਾਂ ਵੱਲ ਸੁੱਟਦੇ, ਤਾਂ ਉੱਥੇ ਕਿਸੇ ਨੇ ਕਿਹਾ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਸਿੱਖਾਂ ਦਾ ਇਸ਼ਟ ਵਾ, ਤੇ ਹਨੀਪ੍ਰੀਤ ਨੇ ਉੱਥੇ ਕਿਹਾ ਵੀ ਫਿਰ ਆਪਾਂ ਉਹਦੀ ਮਤਲਬ ਬੇਹੁਰਮਤੀ ਕਰਾਂਗੇ। ਜਿਹੜਾ ਡੇਰਾ ਮੁਖੀ ਆ ਉਹਨੇ ਨਾਲ ਹੀ ਸਹਿਮਤੀ ਪ੍ਰਗਟਾਈ। ਡੇਰਾ ਸਰਸਾ ਦੀ ਹਮਾਇਤ ਵਿੱਚ ਅੰਨੇਵਾਹ ਡਟੇ ਰਹੇ ਨੇ ਬਾਦਲ ਦਲ ਵਾਲੇ। ਮਹਿੰਦਰਪਾਲ ਬਿੱਟੂ ਨਾਲ ਇੰਨੀ ਯਾਰੀ ਰਹੀ ਆ ਸੁਖਬੀਰ ਦੀ ਵੀ ਕਹਿਣ ਵਾਲੀ ਕੋਈ ਗੱਲ ਹੀ ਨਹੀਂ। ਇਹ ਕਹਿੰਦੇ ਅਸੀਂ ਅਕਾਲੀ ਹਾਂ, ਇਹ ਜੇ ਅਕਾਲੀ ਨੇ ਫਿਰ ਸਿੱਖੀ ਦੇ ਦੁਸ਼ਮਣ ਕਿਹੋ ਜਿਹੇ ਹੁੰਦੇ ਆ ਸਾਨੂੰ ਇਹ ਸਮਝਾ ਦਿਓ। ਜਿਸ ਤਰੀਕੇ ਨਾਲ ਭਾਜਪਾ ਉਹਨਾਂ ਨੂੰ ਇਹ ਦਰਸਾ ਰਹੀ ਆ ਵੀ ਅਸੀਂ ਤਾਂ ਸਿੱਖੀ ਦਾ ਜਾਂ ਸਿੱਖਾਂ ਦਾ ਜਲੂਸ ਕੱਢਣ ਵਾਲੇ ਇਸ ਡੇਰਾ ਸਰਸਾ ਦੇ ਮੁਖੀ ਨੂੰ ਦੇਖੋ ਕਿਵੇਂ ਇੱਜ਼ਤ ਸਤਿਕਾਰ ਦੇ ਰਹੇ ਹਾਂ, ਕਿਵੇਂ ਇਹਦੇ ਨਜ਼ਾਰੇ ਲਿਆਉਂਦੇ ਪਏ ਨੇ, ਬੇਸ਼ੱਕ ਇਹਨੂੰ ਸਜ਼ਾ ਹੋਈ। ਇੱਕ ਪਾਸੇ ਤਾਂ ਲੋਕ ਜਿਹੜੇ ਇਸ ਗੱਲੋਂ ਖੁਸ਼ ਹੋ ਰਹੇ ਸੀਗੇ ਕਿ ਲਓ ਜੀ ਹੁਣ ਨਹੀਂ ਪੈਰੋਲ ਆਉਂਦਾ, ਪਰ ਨਾਲ ਦੀ ਨਾਲ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਹੋਇਆ ਕਿ ਜਿਹੜੀ ਇੱਥੇ ਫਰੀਦਕੋਟ ਅਦਾਲਤ ਦੇ ਵਿੱਚ ਕਾਰਵਾਈ ਚੱਲ ਰਹੀ ਆ ਬਰਗਾੜੀ ਬਹਿਬਲ ਕਾਂਡ ਵਾਲੀ ਉਹ ਤੇ ਸਟੇ ਲਾਈ ਜਾਂਦੀ ਆ, ਕਿਉਂਕਿ ਡੇਰਾ ਮੁਖੀ ਨੇ ਕਿਹਾ ਕਿ ਸਾਰੇ ਮਾਮਲੇ ਦੀ CBI ਤੋਂ ਜਾਂਚ ਕਰਾਈ ਜਾਵੇ। ਜਿਸ ਕੇਸ ਵਿੱਚ ਉਹਨੂੰ ਸਜ਼ਾ ਹੋਈ ਆ, ਰੇਪ ਕੀਤਾ ਕਤਲ ਕੀਤਾ ਜੋ ਵੀ ਉਹ ਮਾਮਲਾ, ਉਸ ਮਾਮਲੇ ਵਿੱਚ ਤਾਂ ਡੇਰਾ ਸਰਸਾ ਵਾਲਿਆਂ ਦਾ ਰੰਡੀ ਰੋਣਾ ਹੀ ਇਹ ਰਿਹਾ ਕਿ ਜੀ ਉਹ ਤਾਂ ਬਿਲਕੁਲ ਗਲਤ ਸਾਡੇ ਨਾਲ ਧੱਕਾ ਕਰਤਾ ਜੀ, ਮੁਲਕ ਨੇ ਸਿਸਟਮ ਨੇ ਇਹਦਾ ਜੀ ਜਿਹੜੀਆਂ ਜਾਂਚ ਏਜੰਸੀਆਂ ਨੇ ਗਲਤ ਕਰਦੀਆਂ ਨੇ, ਉਹਨਾਂ ਨੂੰ CBI ਤੇ ਪੁਲਿਸ ਉੱਤੇ ਅਦਾਲਤ ਉੱਤੇ ਸਾਰੇ ਸਿਸਟਮ ਉੱਤੇ ਬੜਾ ਗੁੱਸਾ ਸੀ, ਹੁਣ ਕਿੱਥੇ ਭਰੋਸਾ ਪੈਦਾ ਹੋ ਗਿਆ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ, ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਸਿਰ ਤੇ ਆ, ਭੰਨ ਤੋੜ ਹੋ ਰਹੀ ਆ। ਗੁਆਂਢੀ ਸੂਬੇ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਦੀ ਸੀਟ ਦੇਣੀ ਆ, ਇਸ ਕਰਕੇ ਉਹਦੀ ਥਾਂ ਦੇ ਉੱਤੇ ਉਹਨਾਂ ਨੇ ਨਵਾਂ ਬੰਦਾ ਮੁੱਖ ਮੰਤਰੀ ਬਣਾਇਆ। ਤੇ ਇੱਕ ਵਿੱਜ ਵਿੱਜ ਕਰਕੇ ਉੱਥੇ ਵਾਹਵਾ ਕੱਟੜਵਾਦੀ ਜਿਹਾ ਲੀਡਰ ਵਾ, ਉਹਦੀ ਆਸ ਸੀਗੀ ਕਿ ਸ਼ਾਇਦ ਉਹਨੂੰ ਉਹਦਾ ਮਿਲੂ, ਪਰ ਉਹਦੀ ਥਾਂ ਤੇ ਉਹਨਾਂ ਨੇ ਕੋਈ ਹੋਰ ਬੰਦਾ ਲਿਆਂਦਾ। ਇਸ ਤਰੀਕੇ ਨਾਲ ਹੀ ਸਾਰੇ ਮੁਲਕ ਦੇ ਵਿੱਚ ਵਾਪਰ ਰਿਹਾ ਤੇ BJP ਵਾਲੇ ਆਪਦੇ ਸਹਾਇਕ ਦਲਾਂ ਦਾ ਕੂੰਡਾ ਕਰੀ ਜਾ ਰਹੇ ਆ। ਜਿੰਨੇ ਵੀ ਭਾਰਤ ਦੇ ਵਿੱਚ ਉਹ ਦਲ ਜਿਨ੍ਹਾਂ ਨੇ ਇਹਨਾਂ ਦੇ ਅੱਡ ਅੱਡ ਸੂਬਿਆਂ 'ਚ ਪੈਰ ਲਵਾਏ ਉਹਨਾਂ ਸਾਰਿਆਂ ਦਾ ਕਵਾੜਾ ਕਰਕੇ ਆਪੋ ਆਪਦੀ ਪਾਰਟੀ ਨੂੰ ਬੜਾ ਤੇਜ਼ੀ ਨਾਲ ਅੱਗੇ ਲਿਜਾ ਰਹੇ ਨੇ। ਪੰਜਾਬ ਦੇ ਵਿੱਚ ਬਾਦਲ ਦਲ ਵਾਲੇ ਜਿਹੜੇ ਨੇ ਉਹ ਅੱਡੀਆਂ ਚੱਕ ਕੇ ਫਾਹਾ ਲੈਣ ਲੱਗੇ ਹੋਏ ਨੇ, ਜੀ ਨਹੀਂ ਲੱਗਦਾ ਕਹਿੰਦਾ ਸਾਡਾ BJP ਬਗੈਰ। ਤੇ BJP ਦੇ ਇਸ ਵੇਲੇ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ, ਤੇ ਸੁਨੀਲ ਜਾਖੜ ਕਾਂਗਰਸ 'ਚ ਹੁੰਦੇ ਸੀ, ਇਸ ਵੇਲੇ ਉਹਨਾਂ ਨੂੰ
ਵੀ ਪਤਾ ਕਿ ਅਸੀਂ ਪੰਜਾਬ ਦੇ ਵਿੱਚ ਬੀਜੇਪੀ ਵੱਲੋਂ ਜੇ ਕੁਛ ਲੈਣਾ ਤਾਂ ਸਾਨੂੰ ਇੱਥੇ ਬਾਦਲ ਦਲ ਨਾਲ ਯਾਰੀ ਪਾਉਣੀ ਪੈਣੀ ਆ। ਤੇ ਉਧਰੋਂ ਬਾਦਲ ਪਰਿਵਾਰ ਵੱਲੋਂ ਬਾਦਲ ਕਿਆਂ ਵੱਲੋਂ ਵੀ ਲਗਾਤਾਰ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਤੇ ਨਾਲ ਦੀ ਨਾਲ ਜਿਹੜਾ ਬਾਦਲ ਦਲ ਦੇ ਵਿੱਚ ਟੁੱਟ ਭੱਜ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ, ਬਹੁਤ ਸਾਰੇ ਜਿਹੜੇ ਲੀਡਰ ਸੀਗੇ ਕਾਢਾ ਬਾਏ ਕਰਕੇ ਗਏ ਸੀ। ਢੀਂਡਸਾ ਸਾਹਿਬ ਦਾ ਤਾਂ ਪਤਾ ਹੀ ਆ, ਅੱਜ ਇੱਕ ਖਬਰ ਆ ਵੀ ਚਰਚਾ ਚ ਵੀ ਬੀਬੀ ਜਗੀਰ ਕੌਰ ਵੀ ਉਹ ਵੀ ਘਰ ਵਾਪਸੀ ਕਰਨਗੇ। ਹੋਰ ਵੀ ਜਿਹੜੇ ਇਹਨਾਂ ਦੇ ਰੁੱਸੇ ਹੋਏ ਲੀਡਰ ਨੇ ਉਹਨਾਂ ਸਾਰਿਆਂ ਨੂੰ ਇਸ ਵਾਰੀ ਇਕੱਠਾ ਕਰਨਗੇ। ਮੋਟੇ ਤੌਰ ਦੇ ਤੇ ਤਾਂ ਲੋਕ ਸਭਾ ਚੋਣਾਂ ਚ ਕੁਛ ਬਣੇ ਨਾ ਬਣੇ, ਪਰ ਇਹ ਜ਼ਰੂਰ ਹੋ ਜਾਊਗਾ ਕਿ ਆਪਾਂ ਇੱਕ ਵਾਰੀ ਇਕੱਠੇ ਹੋ ਲਈਏ ਤਾਂ ਕਿ ਜਿਹੜੀ ਵਿਧਾਨ ਸਭਾ ਦੀ ਚੋਣ ਆਉਣੀ ਆ ਉਦੋਂ ਤੀਕਰ ਆਪਾਂ ਪੈਰਾਂ ਸਿਰ ਹੋ ਜਾਾਂਗੇ। ਪਰ ਗੱਲ ਬਣਦੀ ਆ ਨਹੀਂ ਬਣਦੀ, ਉਹਦੇ ਨਾਲੋਂ ਜ਼ਿਆਦਾ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਆ ਕਿ ਸਾਡੇ ਪੰਥ ਅਤੇ ਪੰਜਾਬ ਦੇ ਉਹ ਮਸਲੇ ਜਿਹੜੇ ਇਸ ਮੌਜੂਦਾ ਸਿਆਸਤ ਨੇ ਬੁਰੀ ਤਰ੍ਹਾਂ ਰੋਲ ਦਿੱਤੇ ਆ, ਉਹਨਾਂ ਬਾਰੇ ਕਦੋਂ ਤੇ ਕੌਣ ਚਰਚਾ ਕਰੂ? ਕਿਸੇ ਵੇਲੇ ਪੰਜਾਬ ਦੇ ਹੱਕਾਂ ਲਈ ਜਾਂ ਪੰਥ ਦੇ ਮਸਲਿਆਂ ਲਈ ਸਾਡੇ ਕੋਲੇ ਸਭ ਤੋਂ ਮਜ਼ਬੂਤ ਧਿਰ ਅਕਾਲੀ ਦਲ ਹੁੰਦਾ। ਅਕਾਲੀ ਦਲ ਦਾ ਪਾਤਾ ਭੋਗ ਤੇ ਬਾਦਲ ਪਰਿਵਾਰ ਨੇ ਬਾਦਲ ਦਲ ਬਣਾ ਲਿਆ, ਜਿਹਨੂੰ ਅਕਾਲੀ ਦਲ ਕਹਾਉਣ ਦੀ, ਅਕਾਲੀ ਮਨਾਉਣ ਦੀ ਜਿਹੜੀ ਜਿੱਦ ਵਾ ਉਹ ਲਗਾਤਾਰ ਚੱਲ ਰਹੀ ਆ। ਤੇ ਉੱਪਰੋਂ ਬਾਦਲ ਪਰਿਵਾਰ ਦਾ ਇਹੋ ਜਿਹਾ ਕਬਜ਼ਾ ਵੀ ਸ਼੍ਰੋਮਣੀ ਕਮੇਟੀ ਰਾਹੀਂ ਤਾਕਤਾਂ ਦੇ ਜਥੇਦਾਰਾਂ ਦਾ ਉੱਤੇ ਹਰ ਥਾਂ ਦੇ ਉੱਤੇ ਬਾਦਲਕਿਆਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਉਹ ਕੁੰਡੀ ਉਹ ਫਸਾਈ ਹੋਈ ਹੈ, ਜਿਹਦੇ ਨਤੀਜੇ ਪੰਥ ਲਈ ਵੀ ਮਾੜੇ ਨਿਕਲੇ ਆ, ਪੰਜਾਬ ਲਈ ਵੀ ਮਾੜੇ ਨਿਕਲੇ ਆ। ਤੇ ਅਜੇ ਵੀ ਇਹ ਲੋਕ ਹਟ ਨਹੀਂ ਰਹੇ, ਬੇਸ਼ੱਕ ਇਹਨਾਂ ਦੀਆਂ ਕਰਤੂਤਾਂ ਦੀ ਸਜ਼ਾ ਜਿਹੜੀ ਆ ਸਿਸਟਮ ਨੇ, ਮਾਫ਼ ਕਰਨਾ ਸਿੱਖ ਕੌਮ ਨੇ ਦਿੱਤੀ ਆ, ਪਰ ਅਜੇ ਇਹ ਲੋਕ ਹੋਰ ਜ਼ਿਆਦਾ ਚਾਹੁੰਦੇ ਆ ਵੀ ਸ਼ਾਂਤਾ ਸਾਨੂੰ ਮਿਲੇ। ਤੇ ਉਹ ਅਜੀਤ ਅਖਬਾਰ ਦੇ ਰਾਹੀਂ ਜਿਸ ਤਰੀਕੇ ਨਾਲ ਮਾਹੌਲ ਸਿਰਜਣ ਦਾ ਯਤਨ ਹੋ ਰਿਹਾ ਕਿ ਜੀ ਪੰਜਾਬ ਦੇ ਪੰਥ ਲਈ ਬਹੁਤ ਜ਼ਰੂਰੀ ਆ ਵੀ ਬਾਦਲ ਪਰਿਵਾਰ ਭਾਜਪਾ ਨਾਲ ਯਾਰੀ ਪਾ ਕੇ ਦੁਬਾਰਾ ਇੱਥੇ ਕੁਛ ਕਰੇ, ਪਰ ਜੋ ਕੁਝ ਸਾਡੇ ਨਾਲ ਵਾਪਰਿਆ, ਖਾਸ ਤੌਰ ਤੇ ਸਾਡੇ ਇਸ਼ਟ ਦੀ ਬੇਅਦਬੀ, ਪੰਜਾਬ ਦੇ ਵਿੱਚ ਡੇਰੇਦਾਰਾਂ ਦੇ ਰਾਹੀਂ ਜਿਵੇਂ ਸਿੱਖੀ ਦਾ ਘਾਣ ਤੇ ਹੋਰ ਸਾਰਾ ਕੁਛ, ਉਹ ਅਕਾਲੀ ਭਾਜਪਾ ਗੱਠਜੋੜ ਮੌਕੇ ਪੰਜਾਬ ਨੂੰ ਤੇ ਪੰਥ ਨੂੰ ਤਾਂ ਬਹੁਤ ਭਾਰੀ ਕੀਮਤ ਦੇਣੀ ਪਈ। ਇਹਨਾਂ ਦਿਨਾਂ ਦੇ ਵਿੱਚ ਡੇਰਾ ਮੁਖੀ ਦੇ ਮਸਲੇ ਉੱਤੇ ਚਰਚਾ ਕਰਨੀ ਬੜੀ ਜ਼ਰੂਰੀ ਆ। ਡੇਰਾ ਸਰਸਾ ਹੋਰ ਨਾ ਬਹੁਤ ਸਾਰੇ ਡੇਰਿਆਂ ਵਾਂਗੂ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਭਾਰਤੀ ਖੁਫੀਆ ਏਜੰਸੀਆਂ ਦਾ ਇੱਕ ਪ੍ਰੋਜੈਕਟ ਵਾ, ਜਿਹਨੇ ਜਦੋਂ ਸਲਾਵਤਪੁਰਾ ਕਾਂਡ ਤੋਂ ਬਾਅਦ ਵਿੱਚ ਬਾਦਲਕਿਆਂ ਦੀ ਯਾਰੀ ਪੈ ਗਈ ਸਰਸੇ ਵਾਲੇ ਨਾਲ, ਮੁੜ ਕੇ ਉਹਨਾਂ ਦੀ ਇੰਨੀ ਦਲੇਰੀ ਵਧੀ ਵੀ ਇੱਕ ਦਿਨ ਉੱਥੇ ਅੱਜ ਆ ਜਿਹੜਾ ਪ੍ਰਦੀਪ ਕਲੇਰ ਫੜਿਆ ਉਹਦੀ 164 ਦੇ ਵਿੱਚ ਜਿਹੜੀ ਸਟੇਟਮੈਂਟ ਹੋਈ ਆ ਅਦਾਲਤ ਵਿੱਚ ਉਹ ਜਨਤਕ ਹੋ ਚੁੱਕੀ ਆ, ਘੁੰਮ ਰਹੀ ਅੱਜ ਸਾਰੇ ਪਾਸੇ। ਉਹਦੇ ਵਿੱਚ ਪ੍ਰਦੀਪ ਕਲੇਰ ਨੇ ਇਹੀ ਗੱਲ ਦੱਸੀ ਆ ਵੀ ਉੱਥੇ ਅਸੀਂ ਬੈਠੇ ਸੀਗੇ ਸਾਰੇ ਜਾਣੇ, ਨਾਂ ਵੀ ਲਿਖਿਆ ਕਿਹੜੇ ਕਿਹੜੇ ਸੀ, ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਹੋਰ ਸਾਰੇ ਬੰਦੇ, ਕਹਿੰਦਾ ਅਸੀਂ ਜੇ ਉੱਥੇ ਹਨੀਪ੍ਰੀਤ ਵੀ ਸੀਗੀ ਤੇ ਡੇਰਾ ਮੁਖੀ ਵੀ ਸੀ। ਤੇ ਉੱਥੇ ਇਹ ਗੱਲ ਚੱਲੀ ਵੀ ਹਰਜਿੰਦਰ ਸਿੰਘ ਮਾਝੀ ਨੇ ਇੱਕ ਪ੍ਰੋਗਰਾਮ ਕੀਤਾ ਤੇ ਉੱਥੇ ਡੇਰਾ ਮੁਖੀ ਦੇ ਜਿਹੜੇ ਲੋਕਟ ਦਿੱਤੇ ਸੀ ਲੋਕਾਂ ਦੇ ਗਲਾਂ 'ਚ ਪਾਉਣ ਵਾਲੇ, ਉਹ ਲੋਕਾਂ ਨੇ ਵਗਾ ਤੇ ਪੈਰਾਂ ਵੱਲ ਸੁੱਟਤੇ। ਬਈ ਉਸ ਤੋਂ ਬਾਅਦ 'ਚ ਫਿਰ ਹਨੀਪ੍ਰੀਤ ਨੇ ਜਦੀ ਪੰਪ ਮਾਰਿਆ ਬਈ ਇਹਦਾ ਤਾਂ ਫਿਰ ਇਲਾਜ ਕਰਨਾ ਚਾਹੀਦਾ, ਇਹਦਾ ਆਪਾਂ ਬਦਲਾ ਲਵਾਂਗੇ ਜਾਂ ਇਸ ਤਰੀਕੇ ਦੀਆਂ ਗੱਲਾਂ ਜਦੋਂ ਕਰ ਰਹੀ ਸੀ ਤਾਂ ਉੱਥੇ ਕਿਸੇ ਨੇ ਕਿਹਾ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਸਿੱਖਾਂ ਦਾ ਇਸ਼ਟ ਵਾ, ਤੇ ਹਨੀਪ੍ਰੀਤ ਨੇ ਉੱਥੇ ਕਿਹਾ ਵੀ ਫਿਰ ਆਪਾਂ ਉਹਦੀ ਮਤਲਬ ਬੇਹੁਰਮਤੀ ਕਰਾਂਗੇ। ਉਹ ਹਨੀਪ੍ਰੀਤ ਦੇ ਨਾਲ ਫਿਰ ਜਿਹੜਾ ਡੇਰਾ ਮੁਖੀ ਆ ਉਹਨੇ ਨਾਲ ਹੀ ਸਹਿਮਤੀ ਪ੍ਰਗਟਾਈ ਤੇ ਵਾਹਵਾ ਤਿੱਖੀਆਂ ਤਲਕ ਗੱਲਾਂ ਕੀਤੀਆਂ। ਇਹ ਸਾਰਾ ਕੁਛ ਐਵੇਂ ਜ਼ਬਾਨੀ ਜਮਾਂ ਖਰਚ ਨਹੀਂ, ਇਹ ਪ੍ਰਦੀਪ ਕਲੇਰ ਨੇ ਆਪਦੀ ਸਟੇਟਮੈਂਟ ਹਾਈ ਕੋਰਟ ਦੇ ਵਿੱਚ ਰਿਕਾਰਡ ਕਰਾਈ। ਤੋ ਜਿਹੜਾ ਅਦਾਲਤ ਵਿੱਚ ਉਹਨੇ ਸਟੇਟਮੈਂਟ ਦਿੱਤੀ ਹੈ ਉਹਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਇਸ ਮੌਕੇ ਜਿਹਨੂੰ ਪਹਿਲਾਂ ਵਹਿਮ ਸੀ ਕੋਈ ਮਾੜਾ ਮੋਟਾ, ਹੁਣ ਤਾਂ ਉਹਦੇ ਵੀ ਸਾਰੇ ਕਸ ਵੱਲ ਨਿਕਲ ਜਾਣੇ ਚਾਹੀਦੇ ਆ ਕਿ ਵਾਕਿਆ ਹੀ ਸਾਡੇ ਇਸ਼ਟ ਦੀ ਬੇਪੱਤੀ ਜਿਹੜੀ ਆ ਉਹ ਡੇਰੇ ਸਰਸੇ ਵਾਲਿਆਂ ਦੀ ਹਾਈ ਕਮਾਂਡ ਤੋਂ ਲੈ ਕੇ ਹੇਠਾਂ ਤੱਕ ਸਾਰਿਆਂ ਦੀ ਸਹਿਮਤੀ ਨਾਲ ਹੋਈ। ਉਹ ਜਿਹੜੇ ਬਾਦਲ ਦਲ ਵਾਲੇ ਅੱਜ ਤੱਕ ਬੁੱਲ ਤੋਂ ਬੁੱਲ ਨਹੀਂ ਚੱਕਿਆ ਵੀ ਡੇਰਾ ਸਰਸਾ ਦੇ ਖਿਲਾਫ, ਹੁਣ ਉਹਨਾਂ ਨੂੰ ਮਾੜੀ ਮੋਟੀ ਸ਼ਾਇਦ ਸ਼ਰਮ ਆਵੇ, ਸ਼ਾਇਦ ਉਹ ਹਿਲਜੁਲ ਕਰਨ। ਤੇ ਡੇਰਾ ਸਰਸਾ ਦੀ ਹਮਾਇਤ ਵਿੱਚ ਅੰਨੇਵਾਹ ਡਟੇ ਰਹੇ ਨੇ ਬਾਦਲ ਦਲ ਵਾਲੇ,
महिंद्रपाल बिट्टू नाल इन्नी यारी रही है सुखबीर की ये कहने वाली कोई गल ही नहीं। ये कहते असी अकाली हाँ, यह जे अकाली ने फिर सिखी के दुश्मन कहो जे होंगे सानू ये समझा दो। जिन्ना जिन्ना ने भी खालसा पंथ दियां जड़ां चारी पाई हुई है सारे नाल सुखबीर बादल दियां जां बादल दल वालियां दियां यारियां ने। ते इहो जे माहौल दे विच जदों अदालत दे विच ये सारा प्रदीप कलेर दे राही जा रहे चक्कर दूजे पासे सिस्टम की कर रहा भारत का उधर नूं ध्यान दईए तां भई पिछले दिन जदों ये खबर आई सी कि जज ने हाई कोर्ट दे ने कहा कि जी ये जड़ा जो जी करता इनू परोल ते ले आने ये सारा सानू दियो रिकॉर्ड जो दोबारा इनू परोल देनी हो सानू पुछे बगैर नहीं देनी। तो उदण भी आप इस प्रोग्राम च चर्चा करते भी उस जज का पता नहीं हुण की बनू। तो उदो बहुत सारे लोगों लगता होना भी ऐ की कर देंगे पर देखो कुछ ना कुछ वह बनू जरूर मोर बनाएंगे वह जज का है ये इंडिया इतने मतलब उन्होंने ये जवाइया गुआ जरा डेरा मुखी आ ओदे सिर तो अगले ने हरियाणे की इलैक्शन जितनी उन्होंने बार बार बाहर लिया के हरियाणे के डेरा सरसा के समर्थकों आम हिंदू तवियां जिस तरीके भाजपा उन्होंने ये दर्शा रही है भी असी तो सिखी का ज सिखा का जलूस कढ़न वाले इस डेरा सरसा के मुखी नूं देखो किवें इज्जत सत्कार दे रहे हैं किवें इहदे नजारे लियांदे पए ने बेशक इहनूं सजा हुई। हालांकि पहला यह भी गल चलती रही है भी जज ने जिहड़ी सजा दित्ती आ उहदा इहनां नूं इमकान नहीं सी खदशा नहीं सी अंदाजा नहीं सी नहीं शायद जज ही उदों बदल लैंदे पर हुण लगदा भी पहला इहनां ने सजा कराई तोता जिहड़ा पिंजरे च पा लिया ते हुण उहदे तों आपदे मन मर्जी दे लाहे जिहड़े आ उह लै जा रहे ने। खैर चक्कर यह आ कि डेरा सरसा दे मुखी तो होर लाहा लैण लई जिहड़ा कुछ चल रहा ते नाल उहदे नाल सौदेबाजी चलती आ उहदे तहत एक पासे तां लोक जिहड़े इस गल्लों खुश हो रहे सीगे कि लो जी हुण नहीं पै रोल आउंदा पर नाल दी नाल अदालत दे विच जिहड़ा फैसला होया कि जिहड़ी इत्थे फरीदकोट अदालत दे विच कारवाई चल रही आ बरगाड़ी बहबल कांड वाली उह ते स्टे लाई जांदी आ क्योंकि डेरा मुखी ने कहा कि सारे मामले की सी बी आई तो जांच कराई जाए। हुण जिहड़ी सी बी आई की जांच आ उहदे बारे आपां नूं पता ही आ भी उह भारत सरकार का तोता मोदी सरकार का तोता तो भारत की सी बी आई जिहड़ी आ उहदे वल नूं इह जिहड़ा हैगा डेरा मुखी उह क्यों भज भज के जांदा किसे वेले तां उस दूजे रौले विच जिहड़ा जिस केस विच नूं सजा हुई आ रेप कीता कतल कीता जो भी वह मामला उस मामले विच तां डेरा सरसा वालियां दा रंडी रोणा ही इह रिहा कि जी उह तां बिलकुल गलत साडे नाल धक्का करता जी मुल्क ने सिस्टम ने इहदा जी जिहड़ियां जांच एजेंसियां ने गलत कर दियां ने उहनां नूं सी बी आई ते पुलिस उत्ते अदालत उत्ते सारे सिस्टम उत्ते बड़ा गुस्सा सी। हुण कित्थे भरोसा पैदा हो गया क्योंकि हुण बीजेपी वालियां ने कहा वी तुहाडे बचण दा राह असीं कढ दिंदे आ जे किते मजबूरी बस पंजाब सरकार नूं मंजूरी देनी पै ही गई क्योंकि अजे तक भगवंत मान की सरकार ने डेरा सरसा दे मुखी दे खिलाफ बरगाड़ी बहबल कांड दे मामले विच मंजूरी नहीं दित्ती। चलो बहबल दा नाल जिक्र मूंह चढ़िया होण करके आ जांदा असल विच तां बरगाड़ी कांड आ जिहड़ा उह डेरा मुखी दे गल पिया है कल्ला उह नहीं पंजाब दे विच इहो जिहियां होर जिहड़ियां बेअदबियां जिन्हां दा डेरा सरसा नाल संबंध आ उह सारा पटारा खोलणा जिद्दां किते कहानी उस पासे नूं तुर पई। पर भारत सरकार का जां पंजाब सरकार का यह हैगा कि असी इहनूं खुडे च बाड़ के जिहड़ा हैगा इहनूं आपदे मन मर्जी दे तो लाहे लैणे आ तो उन्होंने ये फैसला उहदे हक च करवाता कि सी बी आई की जांच ते जी उह उत्थे स्टे लाया जांदा। तो जिहड़ा खालसा पंथ नूं सिख कौम नूं असी लगातार यह सुनेहा दे रहे हैं कि भाई आप जिस मुल्क च रहने इत्थे कोई इंसाफ अनसूफ की आस ना रख्या करो तो जेड़े लोग थोनू उल्लू बनाउंदे आ कि लोकतंत्री मुल्क आ इस मुल्क के सिस्टम च यकीन रखो इत्थे इंसाफ होगा वह सारे दे सारे लोग असल विच एक जॉब ते आ कि सिखां नूं तुसीं कमल पाई रखना जिवें किसी बंदे नूं टकाउणा होवे किसी बंदे नूं उलझाउणा होवे किसी बंदे नूं लारे ला ला के आपां टाइम लगाउणा होवे
ਤਾਂ ਉਹ ਲਾਰੇ ਲਾਉਣ ਲਈ ਟਾਈਮ ਟਪਾਉਣ ਲਈ ਇੱਕ ਖਾਸ ਤਰ੍ਹਾਂ ਦੇ ਦਿਮਾਗ ਦੀ ਖਾਸ ਤਰ੍ਹਾਂ ਦੇ ਸਕਿੱਲ ਦੀ ਲੋੜ। ਪੁਰਾਣੇ ਜਿਹੜੇ ਕਥਾ ਕਹਾਣੀਆਂ ਹੁੰਦੇ ਸੀ ਉਹ ਚ ਇੱਕ ਅੱਖਰ ਆਉਂਦਾ ਸੀ ਫੱਫੇ ਕੁੱਟਣੀ, ਹੁਣ ਤਾਂ ਮੀਡੀਆ ਨੂੰ ਵੀ ਫੱਫੇ ਕੁੱਟਣੀਆਂ ਕਿਹਾ ਜਾਂਦਾ ਜਿਹੜਾ ਗੋਦੀ ਮੀਡੀਆ ਦੇ ਵਿੱਚ ਜਨਾਨੀਆਂ ਜੀ ਨੇ, ਪਰ ਫੱਫੇ ਕੁੱਟਣੀਆਂ ਦੀ ਲੋੜ ਇਸ ਵੇਲੇ ਬੜੀ ਆ ਜਿਹੜੇ ਸਿੱਖ ਕੌਮ ਨੂੰ ਗੁੰਮਰਾਹ ਕਰ ਸਕਣ। ਤੋਂ ਫੱਫੇ ਕੁੱਟਣੀਆਂ ਇਕੱਲੇ ਇਹ ਨਹੀਂ ਵੀ ਉਹ ਗੈਰ ਸਿੱਖ ਉਹ ਸਾਡੇ ਵਿੱਚ ਸਾਡੇ ਵਰਗੇ ਸ਼ਕਲ ਸੂਰਤਾਂ ਵਾਲੇ ਬੜੇ ਤੁਰੇ ਫਿਰਦੇ ਆ ਇੱਥੇ, ਕਈਆਂ ਦੇ ਗਾਤਰੇ ਕਿਰਪਾਨਾਂ ਬਾਣੀ ਬੜੀ ਕੰਠ ਆ, ਤੇ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਸਿੱਖਾਂ ਨੂੰ ਕਿਵੇਂ ਭਾਰਤੀ ਸਿਸਟਮ ਨਾਲ ਨਰੜੀ ਰੱਖਣਾ, ਸਿੱਖ ਕਿਤੇ ਉਸ ਸਿਸਟਮ ਤੋਂ ਬਾਗੀ ਨਾ ਹੋ ਜਾਣ ਜਿਹਨੇ ਇਹਨਾਂ ਦੇ ਇਸ਼ਟ ਦੀ ਬੇਅਦਬੀ ਕਰਵਾਈ ਤੇ ਕੀਤੀ। ਤੋਂ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ, ਸਾਡੇ ਧਰਮ ਦੀ ਸਾਡੇ ਇਤਿਹਾਸ ਦੀ ਬੇਅਦਬੀ ਕਰਨ, ਇਹ ਸਾਰਾ ਜਿਹੜਾ ਸਿਸਟਮ ਆ ਇਹਦੇ ਵਿੱਚ ਯਕੀਨ ਰੱਖਣ ਦੀਆਂ ਅਜੇ ਤੀਕਰ ਮਤਾਂ ਦੇਣ ਵਾਲੇ ਲੋਕ ਧਨ ਨੇ ਵੀ, ਤੇ ਧਨ ਦੀ ਆਪਣੀ ਕੌਮ ਆ ਜਿਹਨੂੰ ਅਜੇ ਵੀ ਨਹੀਂ ਮਤਲਬ ਇਸ ਗੱਲ ਦੇ ਵਿੱਚ ਆ ਰਿਹਾ ਦਿਮਾਗ। ਕੱਲ ਇੱਕ ਅਮੈਰੀਕਾ ਦੀ ਸ਼ਾਇਦ ਉਹ ਵੀਡੀਓ ਆ ਜਿਹ ਚ ਚੰਗਾ ਭਲਾ ਸਿੱਖ ਸਰਦਾਰ ਜਿਹੜਾ ਹੈ ਉਹਦੇ ਨਾਲ ਸਾਡੇ ਕੌਮ ਦੇ, ਹਾਲਾਂਕਿ ਉਹ ਜਿਹੜੇ ਨੌਜਵਾਨ ਉਹਦੇ ਨਾਲ ਬਹਿਸਬਾਜ਼ੀ ਕਰ ਰਹੇ ਨੇ ਉਹ ਸ਼ਾਇਦ ਪਤਿਤ ਨੇ, ਮਤਲਬ ਮੂੰਹ ਸਾਹਿਬ ਉਹਨਾਂ ਦੇ ਪੇਸ ਦਾੜੇ ਵੀ ਹਨ, ਪਰ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਆ ਤੇ ਉਹ ਸਰਦਾਰ ਜੀ ਜਿਹੜੇ ਨੇ ਉਹ ਮਤਾਂ ਦੇ ਰਹੇ ਨੇ, ਉਹ ਫਿਰ ਮੂਹਰੇ ਉਹਨੂੰ ਪੁੱਛ ਰਹੇ ਨੇ ਵੀ ਜੇ ਤੇਰੀ ਧੀ ਨਾਲ ਨਵੰਬਰ 84 ਚ ਵਾਪਰਿਆ ਹੁੰਦਾ, ਤੇਰੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਝੂਠੇ ਮੁਕਾਬਲਿਆਂ ਚ ਮਾਰਿਆ ਹੁੰਦਾ, ਗਲਾਂ ਚ ਟਾਇਰ ਫੇਰ ਤੂੰ ਇਦਾਂ, ਪਰ ਉਹ ਬੰਦੇ ਨੂੰ ਕੋਈ ਸ਼ਰਮ ਹਿਆ ਨੀ, ਉਹਦਾ ਸਾਰਾ ਟੱਬਰ ਮਤਲਬ ਭਾਰਤ ਮਾਤਾ ਕੀ ਜੈ ਦੇ ਬੁਖਾਰ ਨਾਲ ਪੂਰਾ ਐਨ ਉਹਨਾਂ ਨੂੰ ਜਾਹੋ ਜਲਾਲ ਚੜਿਆ ਪਿਆ। ਖੈਰ ਸਾਡਾ ਇਹ ਮਤਲਬ ਹੈ ਕਿ ਜਿਹੜੇ ਮੁਲਕ ਨੇ ਜਿਹੜੇ ਸਿਸਟਮ ਨੇ ਜਿਹਨਾਂ ਜਿਹੜੇ ਲੋਕਾਂ ਨੇ ਸਾਡਾ ਧਰਮ ਸਾਡੀ ਬੋਲੀ ਸਾਡਾ ਸੱਭਿਆਚਾਰ ਖਤਮ ਕਰਨ ਦਾ ਅਹਿਦ ਕੀਤਾ ਹੋਇਆ, ਜਿਹੜੇ ਸਾਨੂੰ ਕਹਿੰਦੇ ਹੀ ਹਿੰਦੂ ਆ, ਅਸੀਂ ਉਹਨਾਂ ਤੋਂ ਲੈਣਾ ਕੀ? ਅਗਲੇ 76 ਫੇਰ ਫੇਰ ਕੇ ਸਾਤੋਂ ਖਾਲਿਸਤਾਨ ਜਿੰਦਾਬਾਦ ਕਹਾਉਂਦੇ, 1947 ਮੌਕੇ ਸਾਡੀ ਕੌਮ ਤਾਂ ਸਾਡੇ ਲੋਕ ਤਾਂ ਪਾਕਿਸਤਾਨ ਨੂੰ ਉੱਥੇ ਸਾਡੇ ਨਨਕਾਣਾ ਸਾਹਿਬ ਸਮੇਤ ਕੀ ਕੁਛ ਆ ਉੱਥੇ ਸਾਰਾ ਕੁਛ ਤਿਆਗ ਕੇ ਇਸ ਮੁਲਕ ਨਾਲ ਰਹਿਣ ਲਈ ਆਏ, ਇਹਨਾਂ ਨੇ ਜਦੀ ਸਾਨੂੰ ਤੋਹਫਾ ਦੇ ਤਾ ਵੀ ਤੁਸੀਂ ਤਾਂ ਜੀ ਜਰੈਮ ਪੇਸ਼ਾ। ਉਸ ਤੋਂ ਬਾਅਦ ਵਿੱਚ ਕਿਹੜਾ ਮੌਕਾ ਜਦੋਂ ਇਸ ਭਾਰਤ ਮਾਤਾ ਨੇ ਆਪਣੇ ਉੱਤੇ ਜਬਰ ਨਹੀਂ ਕੀਤਾ, ਤੇ ਆਪਾਂ ਲੁਕਦੇ ਜੇ ਫਿਰਦੇ ਹਾਂ ਬਚਦੇ ਜੇ ਫਿਰਦੇ ਹਾਂ ਵੀ ਸਾਤੋਂ ਕਿਤੇ ਅਸੀਂ ਇਸ ਮੁਲਕ ਦਾ ਹਿੱਸਾ ਬਣਨ ਤੋਂ ਅਸੀਂ ਇਹਦੇ ਨਾਲ ਹੀ ਰਹਿਣਾ, ਅਗਲੇ ਕਹਿੰਦੇ ਤੁਹਾਨੂੰ ਰੱਖਣਾ ਨੀ। ਜਿਹੜੀ ਗੱਲ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਇੰਦਰਾ ਦੱਸੇ ਵੀ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਅੱਜ ਤਾਂ ਉਸ ਗੱਲ ਤੋਂ ਅੱਗੇ ਨਿਕਲ ਆਈ ਆ ਗੱਲ, ਅੱਜ ਤਾਂ ਸਿੱਧੀ ਜੀ ਗੱਲ ਆ ਵੀ ਜਦੋਂ ਜੀ ਕੀਤਾ ਅਗਲਿਆਂ ਨੇ ਆਪਣੀ ਕੌਮ ਦੀ ਐਨ ਟਕਾ ਕੇ ਨਸਲਕੁਸ਼ੀ ਕਰਨੀ ਆ, ਤੇ ਜੇਕਰ ਕਿਸੇ ਨੂੰ ਪਤਾ ਹੋਵੇ ਆਪਾਂ ਕਿਸੇ ਪਾਸੇ ਜਾਣ ਲੱਗੀਏ ਵੀ ਆਪਣੀ ਗੱਡੀ ਚ ਹਵਾ ਘੱਟ ਆ ਤੇ ਕੋਈ ਗੜਬੜ ਨਾ ਹੋ ਜੇ, ਜਾਂ ਆਪਾਂ ਨੂੰ ਪਤਾ ਲੱਗ ਜੇ ਵੀ ਆਪਾਂ ਚਾਰ ਜਣਿਆਂ ਨੇ ਬਹਿ ਕੇ ਪ੍ਰਸ਼ਾਦਾ ਪਾਣੀ ਛਕਣਾ ਹੈ ਤੇ ਰਸੋਈ ਦੇ ਵਿੱਚ ਸਮਾਨ ਘੱਟ ਵਾ ਆਪਾਂ ਇੰਤਜ਼ਾਮ ਕਰਦੇ ਹਾਂ, ਹਰ ਚੀਜ਼ ਦਾ ਬੰਦੇ ਨੂੰ ਜਦੋਂ ਕਿਸੇ ਚੱਕਰ ਚ ਹੁੰਦਾ ਇੰਤਜ਼ਾਮ ਕਰਨਾ, ਧਨ ਦੀ ਆਪਣੀ ਕੌਮ ਜਿਹੜੀ ਇੰਤਜ਼ਾਮ ਨਹੀਂ ਕਰ ਰਹੀ, ਉਲਟਾ ਕਿੰਨਾ ਚੱਕਰਾਂ ਚ ਪਈ ਹੋਈ ਆ, ਲਓ ਜੀ ਖੱਟਣ ਲਾਹਤਾ, ਲਓ ਜੀ ਬਾਦਲ ਆ ਜਾਊਗਾ, ਹੁਣ ਆਪਾਂ ਸਾਰਿਆਂ ਨੇ ਬੜਾ ਉਦੋਂ ਚਾ ਚੜਿਆ ਹੋਇਆ, ਸਾਡੇ ਕਈ ਪੰਥਕ ਸਫਾਂ ਦੇ ਵਿੱਚ ਭੈਣ ਭਰਾ ਉਹਨਾਂ ਨੂੰ ਵੀ ਬੜਾ ਚੜਿਆ ਵਿਖਾਰ ਕੇ, ਇੱਕ ਵਾਰੀ ਕੇਜਰੀਵਾਲ ਨੂੰ ਨਾ, ਆਮ ਆਦਮੀ ਪਾਰਟੀ ਨੂੰ, ਇੱਕ ਵਾਰੀ ਜੀ ਬਾਦਲ ਕਿਹਾ ਤੂੰ ਖੜਾ ਛੁੜਾ ਲਈ ਤੇ ਛੁੜਾ ਲਿਆ ਖੇੜਾ। ਆਹ ਹੁਣ ਜਿਹੜੀ ਆਪਾਂ ਬਿਰਤਾਂ ਨੂੰ ਫੜੇ ਹੋਏ ਆ, ਜਿੰਨੇ ਡੇਰਾ ਸਰਸਾ ਨਾਲ ਸੰਬੰਧਿਤ ਲੋਕਾਂ ਨੂੰ ਇਸ ਸਰਕਾਰ ਦੇ ਮੌਕੇ ਨਜ਼ਾਰੇ ਦਿੱਤੇ ਗਏ ਨੇ, ਤੀਜੇ ਕੁ ਦਿਨ ਰੌਲਾ ਪਿਆ ਹੁੰਦਾ ਮੀਡੀਆ ਦੇ ਵਿੱਚ ਬਈ ਜੀ ਇਹਨਾਂ ਨੇ ਤਾਂ ਐਡਵੋਕੇਟ ਜਨਰਲ ਲਈ ਉਹ ਲਾਤਾ ਜਿਹੜਾ ਡੇਰਾ ਸਰਸਾ ਦਾ ਬੰਦਾ, ਇਹਨਾਂ ਨੇ ਤਾਂ ਜੀ ਹੁਣ ਫਲਾਨੇ ਨੂੰ ਲਾਤਾ ਉਹ ਡੇਰਾ ਸਰਸਾ ਦਾ ਬੰਦਾ। ਆਪਾਂ ਥੋੜਾ ਜਿਹਾ ਇਸ ਗੱਲ ਨੂੰ ਰੋਕ ਕੇ ਆਪਦੇ ਜ਼ਿਹਨ ਵਿੱਚ ਸੋਚੋ ਕਿ ਇਹ ਤਾਂ ਰੌਲੇ ਉਹ ਨੇ, ਇਹ ਤਾਂ ਬੰਦੇ ਉਹ ਨੇ ਜਿਹਨਾਂ ਦੀ ਚਰਚਾ ਹੋ ਜਾਂਦੀ ਹੈ, ਪਰ ਬਾਹਲੇ ਨਹੀਂ, ਤਾਂ 10,000 ਬੰਦਾ ਤਾਂ ਪੰਜਾਬ ਦੇ ਵਿੱਚ ਇਹੋ ਜਿਹਾ ਹੋਊਗਾ ਜਿਹਨਾਂ ਦਾ ਆਪਾਂ ਨੂੰ ਪਤਾ ਹੀ ਨਹੀਂ, ਪਰ ਉਹ ਡੇਰਾ ਸਰਸਾ ਨਾਲ ਸੰਬੰਧਿਤ ਨੇ ਤੇ ਇਸ ਸਰਕਾਰ ਨੇ ਉਹਨਾਂ ਨੂੰ ਸੈੱਟ ਕੀਤਾ ਹੋਇਆ, ਉਹਦਾ ਰੌਲਾ ਨਹੀਂ ਨਾ ਪਿਆ ਆਪਾਂ ਨੂੰ ਪਤਾ ਨਹੀਂ, ਆਪਾਂ ਨੂੰ ਤਾਂ 50-60 ਉਹਨਾਂ ਦਾ ਪਤਾ ਜਿਹਨਾਂ ਦਾ ਮੀਡੀਆ ਚ ਕਿਸੇ ਕਾਰਨ ਚਰਚਾ ਚ ਆ ਗਿਆ ਤੇ ਆਪਣੇ ਸਾਹਮਣੇ ਗੱਲ ਖੁੱਲ ਗਈ। ਇਵੇਂ ਹੀ ਬਿਆਸ ਵਾਲਿਆਂ ਦੇ, ਇਵੇਂ ਹੀ ਆਸ਼ੂਤੋਸ਼ ਦੇ, ਇਵੇਂ ਹੀ ਹੋਰ ਐਂਟੀ ਪੰਥਕ ਜਿੰਨੇ ਅੱਡੇ ਨੇ, ਇਹ ਸਾਰੀਆਂ ਦੁਸ਼ਮਣ ਦੀਆਂ ਛਾਉਣੀਆਂ ਨੇ ਜਿੱਥੇ ਸਾਡੇ ਹੀ ਬੰਦਿਆਂ ਨੂੰ ਪੱਟ ਕੇ ਸਾਡੇ ਹੀ ਧਰਮ ਅਤੇ ਸਾਡੇ ਹੀ ਲੋਕਾਂ ਦਾ
खराबा करने लिए उत्ते तैयार किया जाता। आ सारे भारत के होर तो कित क्रिश्चियन जेडे ने इतने जिम्मे ईसाई उत्ते 15-20 जनानियां खड़िया कर लेंगे हाथ जहा मार थले लिटन लग जा ने कदे कोई ड्रामा कदे कोई शोशा यह सारा कुछ पंजाब च किवें हो रहा। पंजाब की धरती सिखां तो खोह लैण लई इत्थों सिखी खत्म करने लई जो कुछ चल रहा यह सारा कुछ इस निजाम इस सिस्टम के अधीन इउं ही चलना। ये हुण कल्ले कल्ले डेरे ना लड़ते फिरो क्रिश्चियना ना लड़ते फिरो मतलब आपां एक दरख्त वा कंडिया वाला दरख्त उसकी किसी टाणी ना लड़िए किसी उहदे टाणे ना लड़िए ये ना बैटर हैगा कि आपां जड़ां तों दरख्त पट्टीए। सो असली मसला यह हैगा कि सिखां ने इस मुल्क तों आजादी किवें लैणी तो जड़ां तों दरख्त पट्टना पैणा पर साढ़े बंदियां नूं गुलामी आजादी के चक्कर तो बहुत अजे तो उन्होंने यही नहीं है समझ लग रही कि जेड़ा मुल्क साढ़े इष्ट की बेअदबी आप आम कहने कि जी मक्क्यों पर मुसलमान लिए उजाड़ तो साढ़े दरबार साहब तो पर अकाल तख्त साहब तो पर सिख लिए उजाड़ इस तो अगे की हम साढ़े इष्ट की बेअदबी करने वाले उन्होंने सामने कौन अकाली दल कांग्रेस वाले जुलम कर भाजपा वाले जुलम कर दुख प्रगट करिए पर आ जिहड़ा साढ़े चंद चढ़ रहे ने नीलिया पगां वाले भरा साढ़े ये किहड़े क्यों इदा कर सके हो क्यों नहीं सुखबीर बादल होना जां होरना अकालियां ये करतूत करदियां नूं शर्म आई क्यों सैनी वर्गे इजहार आलम वर्गे सिखां दे कातल उन्हां नूं बादल दल वाले शर्म क्यों नहीं आई हैगी भी इन्हां नाल असीं क्यों इस तरह इस करके क्योंकि इस मुल्क दे सिस्टम ने उन्हां दे अंदरला सिख होण वाला मच मार दिता उन्हां नूं चंगी तरह इस गल का पाठ पढ़ा दिता होया वा भी जिहड़े बंदे पंथ की चढ़ती कला लोचदे आ ना इह बंदे भारत दे दुश्मन ने जाने कि इस मुल्क विच जिहड़ा बंदा खालसा पंथ की शान उच्ची चक्कण लई कोई सोच रखता है खालिस्तान की तो गल बाली दूर वह बादल दल वालियां नूं बहुत जहर वर्गा लगता ये नहीं भी बाकियां नूं चंगा लगता बादल दल का तो नौ लै रहे जिमें कल परसों एक फोटो बड़ी चली इत्थे जिहदे च भगवंत मान आप की जनानी नाल किसी मंदिर जे च खड़ा वह अजे उहदियां फोटो अजकल बड़ियां क्योंकि मुख्यमंत्री आ इन्हों चढ़िया रहा बुखार जहा भी असं सैकूलर बन के दिखा सैकूलर बन के चक्कर आपके धर्म की हेठी करते हैं हम मान लो भी इस मुल्क की सियासत में साढ़े वर्गा कोई बंदा सरगर्म होना चाहे सातों ये सिस्टम आस करता कि पहलों आपके धर्म की हेठी कर आपके धर्म की तौहीन कर आपके धर्म को पैर हेठ रोल आपके धर्म की मर्यादा की बेअदबी कर ओ सारे कुत्ते काम जेडे तेरे गुरु साहब ने तेनों मना किए सारे कर फिर तो बहुत वधिया भारती है। सो वधिया सिटीजन इंडिया का सैकूलर सिटीजन बनने दे लई इस मुल्क दे विच सिखां दे कोलों उन्हां दे धर्म की हेठी करवाई जाती है जिवें सरदार अजमेर सिंह आपकी किताब जिहड़ी इन्हां दिनां च चर्चा च आड़कू लहरां दे अंग संग उहदे च इह गल कहिंदे आ वी कामरेडां दे विच सिखां दे मुंडियां नूं उदों तिकर कामरेड पक्का नहीं सी मन्निया जांदा जदों तिकर उह सिगरट बीड़ी पी के भी तंबाकू क्योंकि गुरु साहब ने तंबाकू मना किया भी तंबाकू पी के दिखा पहले तंबाकू पी के उस तों बाद च इन्ना भैड़ा कहिंदे उहदे नाल गल करनी भी हुण इहने अमृत छक लिया देखो किड्डी नीच बिरती आ कित्थे साडा एडा उच्चा सुच्चा संस्कार अमृत संस्कार ते उहनूं बीड़ी पीण नाल सिगरट पीण नाल मेल के कहना कि लो जी हुण ये सिख सिखी छड्डती हुण ये कामरेड बन गए इदां ही बंदे दे अंदरों धर्म अते गुरु साहिबान दा रब दा सारा कुछ खुरच खुरच के कढ के उहदे अंदर नास्तिकता भरनी ये सारा कुछ जिहड़ा है जिवें उह करदे आ उवें ही इस मुल्क दा सिस्टम सियासी भलवाना तों तां बाहली ते जिहड़े आ साडे नौकरियां नौकरी करते आई एस आई पी एस हुण तां इत्थे स्कूलां कालजां दे विच सिखां दे बच्चियां कोलों सिखी खोण दा प्रोजेक्ट
ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਬਿਮਾਰੀ ਹੈ ਤੇ ਜਿਹੜੇ ਪਾਰਕ ਨੇ ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਜਨਾਨੀਆਂ ਤੇ ਬੰਦੇ ਤਿਆਰ ਕਰਕੇ ਛੱਡੇ ਨੇ ਬੜੇ ਸੋਹਣੇ ਲੀੜੇ ਕੱਪੜੇ ਪਾ ਕੇ ਤੇ ਜਦੋਂ ਉੱਥੇ ਕੋਈ ਬੱਚਿਆਂ ਨੂੰ ਲੈ ਕੇ ਜਾਂਦਾ ਪਹਿਲਾਂ ਉਹਦੇ ਨਾਲ ਪਿਆਰ ਸਤਿਕਾਰ ਨਾਲ ਗੱਲਾਂ ਕਰਦੇ ਆ, ਬੱਚਿਆਂ ਨੂੰ ਬੜਾ ਕੇਅਰ ਜੀ ਕਰਨਗੇ ਵੀ ਜੇ ਖਨੀ ਇਹ ਵੀ ਤੁਹਾਡੇ ਨਿਆਣਿਆਂ ਦਾ ਤੁਹਾਡੇ ਨਾਲ ਵੀ ਵੱਧ ਪਿਆਰ ਕਰਦੇ ਆ, ਖਿਆਲ ਰੱਖਦੇ ਆ। ਜਦੋਂ ਤੁਸੀਂ ਉਹਨਾਂ ਦੇ ਇਸ ਸੁਭਾਅ ਕਰਕੇ ਉਹਨਾਂ ਦੇ ਨੇੜੇ ਆਉਣ ਲੱਗ ਜਾਂਦੇ ਹੋ ਉਦੋਂ ਫਿਰ ਹੌਲੀ 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 ਤੁਹਾਡੇ ਨਾਲ ਉਹਨਾਂ ਦਾ ਮਿਲਵਰਤਨ ਬਣ ਜਾਂਦਾ, ਫਿਰ ਅੱਜ ਜਾਂਦੇ ਹੋ ਕੱਲ੍ਹ ਜਾਂਦੇ ਹੋ, ਫਿਰ ਤੁਸੀਂ ਉਹਨਾਂ ਨੂੰ ਲੱਭਣ ਲੱਗ ਜਾਂਦੇ ਹੋ, ਫਿਰ ਤੁਸੀਂ ਡਿਪੈਂਡੈਂਟ ਵੀ ਹੋ ਜਾਂਦੇ ਹੋ ਵੀ ਮੈਂ ਇੱਕ ਮਿੰਟ ਆ ਜਾਣਾ ਇੱਥੇ ਵਾਸ਼ਰੂਮ, ਤੁਸੀਂ ਆ ਬੱਚੇ ਦਾ ਖਿਆਲ ਰੱਖੋ। ਜਦੋਂ ਤੁਹਾਡਾ ਉਹਨਾਂ ਨਾਲ ਇੱਕ ਰਾਬਤਾ ਇੱਕ ਰਿਸ਼ਤਾ ਬਣ ਜਾਂਦਾ ਉਦੋਂ ਫਿਰ ਉਹ ਅਸਲੀ ਰੰਗ ਚ ਆਉਂਦੇ ਆ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਉਹ ਤੁਹਾਨੂੰ ਮੰਦਰਾਂ ਚ ਟੱਲੀਆਂ ਖੜਕਾਉਣ ਤੱਕ ਲੈ ਜਾਂਦੇ ਆ। ਹੁਣ ਕਹਿ ਅਗਲਾ ਕੋਈ ਐ ਕਿਵੇਂ ਜਿਹਨੂੰ ਵਹਿਮ ਆ ਇੱਥੇ ਸਾਡੇ ਆ ਜਾਵੇ। ਕੱਲ ਪਰਸੋਂ ਇੱਥੇ ਇੱਦਾਂ ਦੇ ਇੱਕ ਪਾਰਕ ਵਿੱਚ ਟਕਰਾਅ ਜਿਹੜਾ ਸੀ ਅਸੀਂ ਦੇਖਿਆ, ਉਹ ਜਨਾਨੀ ਹੈ ਜਿਹੜੀ ਉਹ ਉੱਥੇ ਬਹਿ ਕੇ ਸਾਰਿਆਂ ਨੂੰ RSS ਦੇ ਹਿਸਾਬ ਨਾਲ ਤੋਤਾ ਪੜਾਈ ਜਾਂਦੀ ਤੇ ਕਈ ਬੰਦੇ ਹੁੰਦੇ ਆ ਜਿਹਨਾਂ ਨੂੰ ਗੱਲ ਦੀ ਉਹਦਾ ਨਹੀਂ ਸਮਝ ਸੀ ਉਸ ਹੁੰਦੀ ਵੀ RSS ਦਾ ਪ੍ਰੋਜੈਕਟ ਆ, ਪਰ ਉਹਨੂੰ ਗੱਲਾਂ ਬੜੀਆਂ ਚੁਭੀਆਂ ਕਿ ਇਹ ਕਹਿੰਦੀ ਆ ਕਿ ਗੁਰੂ ਸਾਹਿਬਾਨ ਨੇ ਫਲਾਨੇ ਆਪਦੇ ਪਰਿਵਾਰਕ ਬੱਚੇ ਦਾ ਮਹਾਦੇਵ ਨਾਂ ਤਾਂ ਰੱਖਿਆ ਕਿਉਂਕਿ ਉਹ ਹਿੰਦੂ ਭਾਈਚਾਰੇ ਨਾਲ ਮਹਾਦੇਵ ਆ ਜੀ, ਉਹ ਸ਼ਿਵ ਜੀ ਮਹਾਦੇਵ ਇੱਦਾਂ ਵਿੱਚ ਹੀ ਉਹ ਜੀ ਜਿਹੜਾ ਹਰਕ੍ਰਿਸ਼ਨ ਜੀ ਆ ਗੁਰੂ ਹਰਕ੍ਰਿਸ਼ਨ ਧਿਆਈਏ ਤੇ ਉਹ ਜਿਹੜਾ ਕ੍ਰਿਸ਼ਨ ਭਗਵਾਨ ਆ ਉਹਦੇ ਨਾਲ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਆ ਤੇ ਇਹ ਰਾਮ ਦੇ ਦਾਸ ਭਗਵਾਨ ਸ਼੍ਰੀ ਰਾਮ, ਉਹਨੇ ਉਹ ਤੋਤਾ ਪੜ੍ਹੀ ਹੋਈ ਸੀ ਇੰਨਾ ਉਹ ਜਬੜੀਆਂ ਮਾਰੇ ਵੀ ਸੁਣ ਕੇ ਬੰਦੇ ਨੂੰ ਅੱਗ ਲੱਗ ਜਾਏ। ਔਰ ਇਹੋ ਜਿਹੇ ਹਜ਼ਾਰਾਂ ਹੀ ਬੰਦੇ ਜਿਹੜੇ ਆ ਉਹ ਤਿਆਰ ਕਰਕੇ ਇੱਥੇ ਪੰਜਾਬ ਦੇ ਵਿੱਚ ਅਗਲਿਆਂ ਨੇ ਛੱਡੇ ਹੋਏ ਨੇ, ਜਿਹੜੇ ਪੜ੍ਹੇ ਲਿਖੇ ਸ਼ਹਿਰੀ ਲੋਕ ਨੇ ਉਹਨਾਂ ਨੂੰ ਉਹ ਪੱਟਦੇ ਆ। ਖਾਸ ਤੌਰ ਦੇ ਉੱਤੇ ਜਿਹੜੀ ਸਾਡੇ ਰਿਟਾਇਰਡ ਅਫਸਰ ਨੇ ਉਹਨਾਂ ਨੂੰ ਹਾਂਜੀ ਹਾਂਜੀ ਭੈਣ ਜੀ ਵੀਰ ਜੀ ਕਹਿ ਕੇ ਉਹ ਪਤਿਆਉਂਦੇ ਆ। ਬਜ਼ੁਰਗ ਬੰਦਾ ਜਿਹਨੂੰ ਘਰ ਦੇ ਵੀ ਹੁਣ ਕਹਿੰਦੇ ਆ ਵੀ ਰਿਟਾਇਰ ਹੋਇਆ ਪਿਆ ਹੁਣ ਇਹ ਤੋਂ ਕੀ ਕੰਮ ਲੈਣਾ ਬਜ਼ੁਰਗ ਤੋਂ, ਉਹਨੂੰ ਪਾਰਕਾਂ ਚ ਜਾਂ ਇੱਧਰ ਉੱਧਰ ਤੋਂ ਉਹ ਬੰਦਿਆਂ ਨੂੰ ਉਹਨਾਂ ਦੇ ਅੰਦਰੋਂ ਸਿੱਖੀ ਖਾਰਜ ਕਰਕੇ। ਸੋ ਪੰਜਾਬ ਨੂੰ ਤਾਂ ਅਗਲੇ ਟੁੱਟ ਕੇ ਪਏ ਹੋਏ, ਕਦੇ ਇੱਥੇ ਬਹੁਤ ਗਿਣਤੀ ਵਿੱਚ ਹਿੰਦੀ ਬੋਲਣ ਵਾਲੇ ਬੰਦੇ ਭਰੇ ਜਾ ਰਹੇ ਨੇ, ਤੁਸੀਂ ਚਾਹੋ ਨਾ ਚਾਹੋ ਤੁਸੀਂ ਸਬਜ਼ੀ ਵਾਲੇ ਨਾਲ ਗੱਲ ਕਰਨੀ ਆ ਤਾਂ ਤੁਹਾਨੂੰ ਹਿੰਦੀ ਬੋਲਣੀ ਪੈਣੀ, ਤੁਸੀਂ ਕਿਸੇ ਤੋਂ ਰਾਹ ਪੁੱਛਣਾ ਕਿਸੇ ਬਾਜ਼ਾਰ ਚ ਜਾ ਕੇ ਸੌਦਾ ਲੈਣਾ ਕੁਛ ਵੀ ਕਰਨਾ ਤੁਹਾਨੂੰ ਹਿੰਦੀ। ਤੋ ਪੰਜਾਬ ਦੀ ਧਰਤੀ ਉੱਤੇ ਕੈਨੇਡਾ ਅਮੈਰੀਕਾ ਚ ਤੁਸੀਂ ਸਰ ਸਕਦਾ ਤੁਹਾਡਾ ਉੱਥੇ ਦੀ ਬੋਲੀ ਵਗੈਰਾ, ਇੱਥੇ ਤੁਹਾਨੂੰ ਹਿੰਦੀ ਧੱਕੇ ਨਾਲ ਥੋਪੀ ਜਾ ਰਹੀ ਆ, ਕਿੱਥੇ ਲੁਕ ਜਾਓ। ਜਿਹੜੇ ਆਹ ਹੈਗੇ ਆ ਤੁਹਾਡੇ ਪੰਜਾਬ ਦੇ ਚੈਨਲ ਉੱਥੇ ਕੁੜੀਆਂ ਮੁੰਡੇ ਰੱਖੇ ਹੋਏ ਨੇ ਚੰਗੇ ਭਲੇ ਪੰਜਾਬੀ ਚੈਨਲ ਉਹਨੂੰ ਕਹਿੰਦੇ ਨੇ ਉਹ, ਤੇ ਪੰਜਾਬੀ ਦੇ ਗਾਣੇ ਗੁਣੇ ਵੀ ਲਾਉਂਦੇ ਆ, ਪਰ ਜਿਹੜਾ ਕੁਛ ਉਹ ਬੋਲਦੇ ਕਰਦੇ ਆ ਐਂਕਰਿੰਗ ਜਿਹਨੂੰ ਕਹਿੰਦੇ ਆ ਉਹ ਸਾਰੇ ਦਾ ਸਾਰਾ ਕੁਛ ਪਤਾ ਨੀ, 3 ਅੱਖਰ ਅੰਗਰੇਜ਼ੀ ਦੇ, 4 ਹਿੰਦੀ ਤੇ 1 ਅੱਧਾ ਪੰਜਾਬੀ ਦਾ, 1 ਲਾਈਨ ਦੇ ਵਿੱਚ ਉਹ ਇਦਾਂ ਜੇ ਕਰਕੇ ਬੋਲਦੇ। ਤੇ ਜਿਹੜੇ ਉਹਦੀ ਪੰਜਾਬੀ ਦੇ ਅੱਖਰ ਵੀ ਨੇ ਉਹ ਵੀ ਹਿੰਦੀ ਜਾਂ ਹੋਰ ਨਾ ਬੋਲੀਆਂ ਦੇ ਅੱਖਰ ਨੇ। ਹੁਣ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਘਾਣ ਕਰਨ ਦੇ ਲਈ ਜਾਂ ਹੋਰ ਇਸ ਤਰੀਕੇ ਦੇ ਪ੍ਰੋਜੈਕਟ ਜਿਹੜੇ ਚਲਾਏ ਜਾ ਰਹੇ ਨੇ ਉਹਨਾਂ ਤੇ ਚਰਚਾ ਕਰਨ ਕਰਾਉਣ ਦੇ ਲਈ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਕੀ ਹੋਵੇ, ਪੰਜਾਬ ਦੀ ਹੈਲਥ ਪਾਲਿਸੀ ਕੀ ਹੋਵੇ, ਪੰਜਾਬ ਨੂੰ ਕਿਵੇਂ ਪੰਜਾਬੀਆਂ ਤੋਂ ਪੰਜਾਬੀ ਬੋਲੀ ਤੋਂ ਰਹਿਤ ਜਾਂ ਸਿੱਖੀ ਤੋਂ ਰਹਿਤ ਬਣਾਇਆ ਜਾ ਰਿਹਾ, ਇਹ ਸਾਰੀਆਂ ਗੱਲਾਂ ਉੱਤੇ ਚਰਚਾ ਕਿਹਦੇ ਨਾਲ ਕਰਨੀ ਸੀ, ਅਕਾਲੀਆਂ ਨਾਲ ਹੀ ਕਰਨੀ ਸੀ ਨਾ, ਕਿਉਂਕਿ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ BJP ਦਾ ਤਾਂ ਆਪਾਂ ਨੂੰ ਪਤਾ ਹੀ ਹੈ, ਲੈ ਦੇ ਕੇ ਸਿਆਸੀ ਖੇਤਰ ਵਿੱਚ ਆਹੀ ਧਿਰ ਸੀ ਨਾ, ਤੇ ਇਹ ਤਾਂ ਸ਼ਿਵਲਿੰਗ ਨੂੰ ਮੱਥੇ ਆਪ ਟੇਕਦੇ ਫਿਰਦੇ ਆ ਜੀ ਸਭ ਤੋਂ ਮੂਹਰੇ ਹੋ। ਹੁਣ ਜੇਕਰ ਸਿੱਖਾਂ ਨੇ ਹੀ ਸਿੱਖ ਰਿਹਾ ਤਾਂ ਮਰਿਆਦਾ ਨਹੀਂ ਮੰਨਣੀ, ਸਿੱਖਾਂ ਨੇ ਹੀ ਪੰਜਾਬੀ ਨੂੰ ਪਿਆਰ ਨਹੀਂ ਕਰਨਾ ਤਾਂ ਫਿਰ ਭਾਈ ਹੋਰ ਕੌਣ ਕਰੇਗਾ। ਬਹੁਤ ਬੁਰੀ ਤਰ੍ਹਾਂ ਘੇਰਿਆ ਜਾ ਰਿਹਾ, ਬਹੁਤ ਬੁਰੀ ਤਰ੍ਹਾਂ ਹਰਾਇਆ ਜਾ ਰਿਹਾ। ਧੰਨ ਨੇ ਉਹ ਸਿੱਖ ਜਿਹੜੇ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਆਪਦੇ ਫਰਜ਼ ਪਛਾਣਦੇ ਆ ਤੇ ਅੱਜ ਵੀ ਲੜ ਰਹੇ ਨੇ, ਅੱਜ ਵੀ ਡਟੇ ਹੋਏ ਨੇ, ਅੱਜ ਵੀ ਆਪਦੇ ਫਰਜ਼ਾਂ ਪ੍ਰਤੀ ਉਹ ਸੁਚੇਤ ਨੇ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਡੇਰਾ ਸਰਸਾ ਦੀ ਚੜ੍ਹਤ ਬਣਾਉਣ ਦੇ ਲਈ ਜਾਂ ਹੋਰਨਾਂ ਐਂਟੀ ਪੰਥਕ ਫੋਰਸਾਂ ਦੀ ਬੱਲੇ ਬੱਲੇ ਕਰਵਾਉਣ ਦੇ ਲਈ ਸਿਸਟਮ ਨੂੰ ਪੂਰੇ ਨੂੰ ਵਰਤ ਕੇ ਬਾਦਲਕਿਆਂ ਨੂੰ ਤੇ ਹੋਰਨਾਂ ਸਾਰਿਆਂ ਨੂੰ ਕਿਹਾ ਜਾ ਰਿਹਾ ਕਿ ਆਪਾਂ ਜਿੱਤਣੀ ਆ ਇਲੈਕਸ਼ਨ, ਤੋ ਇਸ ਕਰਕੇ ਸਿੱਖੀ ਅਤੇ ਸਿੱਖਾਂ ਦੇ ਸਾਰੇ ਦੁਸ਼ਮਣਾਂ ਨੂੰ ਗਲ ਨਾਲ ਲਾਓ।
इस तरह तरीके सियासत का की आ जिहड़ा सुनील जाखड़ आ हुण बीजेपी का प्रधान बन के इहदे बराबर बैठिया करू अपने सुखबीर बादल नाल जिहड़ा कि आपदे आप नूं अकाली लीडर कहाउंदा। ते चेते करो भी इह उह कांग्रेस आ जदों कांग्रेस विच सी जाखड़ उदों सरदार सुखबीर सिंह बादल कहिंदे हुणे आ वी इहदे वर्गा तां माड़ा बंदा कोई नहीं है तां जे आ वो आ, पर बीजेपी विच जाण नाल तां फिर सारयां दे पाप जिहड़े आ उह लहि जांदे आ ना। तो पंजाब दी धरती उत्ते सियासत ने सियासी सिस्टम ने जिस तरीके नाल साडा घाण करना शुरू किया होया इहदे उत्ते असी चाहे 10 घंटे बोलीए चाहे 10 मिनट बोलीए असली समस्या असली गल तां इह है कि साडे अंदर किहड़े ढंग तरीके नाल इह गल आवे कि आपां नूं अपना आजाद मुल्क चाहिए। ਐਡੇ ਵੱਡੇ ਘੱਲੂਘਾਰੇ ਤੋਂ ਬਾਅਦ ਇਹਨੇ ਅੱਜ 40 ਸਾਲਾਂ ਇਸ ਵਾਰੀ ਕੌਮ ਨੇ ਮਨਾਉਣਾ ਤੇ 40 ਸਾਲਾਂ ਮੌਕੇ ਆਪਦੇ ਜਕਾਰੇ ਛੱਡ ਕੇ ਨਗਰ ਕੀਰਤਨ ਕੱਢ ਕੇ ਜੇ ਕੁਝ ਵਿੱਚੋਂ ਅੱਗੇ ਨਹੀਂ ਤੁਰਦਾ ਤਾਂ ਫਿਰ ਇਹ ਗੱਲ ਕਿੱਧਰ ਨੂੰ ਜਾ ਰਹੀ। ਸੋ ਬੜੀ ਲੋੜ ਇੱਕ ਪਾਸੇ ਸਾਡੀ ਕੌਮ ਦੇ ਵਿੱਚ ਜਿਹੜੇ ਨੌਜਵਾਨ ਪੰਥ ਦੀ ਕੌਮ ਦੀ ਗੱਲ ਕਰਨ ਵਾਲੇ ਆ ਉਹਨਾਂ ਤੇ देखिया उदो मजीठिए हुणी किवें हरसिमरत कौर ते उह जिहड़ा बेंते बुचड़ दा पोता सारे एक सौर हो के लगे हुए सीगे वी इहनूं अमृतपाल नूं छेती नत्थ पाओ। ते उस चक्कर दे विच हुण सारे दे सारे जिहड़े ने इत्थे मोर्चे दे विच आ के वी वोटां नेगियां हुण ना कोई इहो जिही गल करो। सारा गढ़ी सरां दे कोल जिहड़ा मोर्चा लग्गिया होइआ कल परिवारक मैंबर उहनां सिंघां नूं मिल के वी आए ने जेड़े डिब्रूगढ़ जेल च बंद ने दस्या उन्होंने कि सारे बहुत कमजोर ने जो इन्ने दिन इतने एक दिन रोटी ना मिले बंदे का औखा हो जाता उत्थे तां किन्ने दिन हो गए। तो भगवंत मान की सरकार ते केंद्र की सरकार जिहड़ी आ वह मेरे ख्याल च यह चाहते हैं कि इन्हां दे उत्ते कोई वड्डा किसी की बेशक चलाना ही कर जाए कोई चाहे जिहड़े इत्थे बैठे आ सारा गढ़ी मूहरे क्योंकि सारे भारत के उदों बड़िया कलकारियां बजनिया ने उदों बड़ी मौज लगनी भी बदे बल्ले ये वधिया वा जिहड़े सिखां दी परवाह नहीं करदे। तो जिहड़ा सिख कौम का पक्ष वा जां दर्द वा उहनूं समझण लई सानूं इस पासे भी ध्यान देण दी लोड़ आ कि उह वेले गए जदों आपां कहिंदे सीगे कि बादशाह जां राजा जां ताकत जिहड़ा है भी उहनूं आपां गल सुणाईए हुण तां ताकत जिहड़ा है उह अन्ने बोले होए पैंदे हुण तां उह अले नजारे लैंदे आ उह कहिंदे आ सारे भारत दे सिखां दे उत्ते जिन्ना जुल्म करांगे उन्ना ज्यादा आपां नूं इहदा सियासी लाहा मिलूगा। ते इस माहौल विच जदों डिब्रूगढ़ दे विच एडा संघर्ष नौजवान लड़ रहे ने ते इधर सारागढ़ी गुरद्वारे दे कोल अमृतसर च मार्च लग्या होया ते सानूं सारिआं नूं चलो आपस विच ही 100 असहमतियां हुंदियां ने भावें आपस में ही जिहड़े इत्थे सारे इकट्ठे बैठे आ उन्हां दीआं वी आपस में ही असहमतियां होणगीआं हुंदीआं ने बंदिआं दीआं हुंदीआं ने इह तां हो ही नहीं सकदा वी सारीआं सारी सिख कौम दीआं शकलां वी इक्को जिहीआं होण ते अकलां वी इक्को जिहीआं होण किसे नुक्ते उत्ते जे मतभेद ने मतभेद तां ज्यौंदे जागदे अकलवंद होण दी निशानी आ ना जिहनूं अकल होऊगी उह दूजे दे नालों वक्खरे विचार देगा वी हुण जिहड़ा माता दा माल आ उहने कहिणा जिवें इह कहिंदे आ भाजी उवें ही ठीक आ ਇਉਂ ਨਹੀਂ ਹੁੰਦਾ ਹੈਗਾ। ਇਹ ਬੜੀ ਚੰਗੀ ਗੱਲ ਹੁੰਦੀ ਆ ਕਿ ਆਪਸ ਵਿੱਚ ਹੀ ਕਿਸੇ ਗੱਲ ਦੇ ਉੱਤੇ ਤੁਹਾਡੇ ਵਿਚਾਰ ਜਿਹੜੇ ਆ ਕਿਸੇ ਮਸਲੇ ਤੇ ਵੱਖਰੇ ਆ। ਉਸ ਤੋਂ ਅਗਲਾ ਵੀ ਨੁਕਤਾ ਬੜਾ ਅਹਿਮ ਆ ਕਿ ਤੁਹਾਨੂੰ ਆਪਦੇ ਵੱਖਰੇ ਵਿਚਾਰਾਂ ਦੇ ਉੱਤੇ ਖੜਨਾ ਆਉਂਦਾ ਹੋਵੇ ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦੇ ਹੋ। ਤੋਂ ਜਿਹੜਾ ਇਸ ਮੌਕੇ ਸਾਰਾ ਪੰਥ ਸਾਰਾ ਗੜੀ ਸਰਾਂ ਦੇ ਹੱਕ ਵਿੱਚ ਜਿਹੜਾ ਉਹ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਉਹਦੇ ਹੱਕ ਵਿੱਚ ਹੈ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਵਿੱਚ ਆ ਇਹ ਬੜਾ ਕਿ ਚੰਗਾ मतलब कदम है यदा आपां नूं लाहा लेना चाहिए। वह लाहा किस रूप च लिया जाए यह तो वाहगुरू जाने की बनता पर जिस तरीके नाल पांच मैंबरी कमेटी बना के ताकतां दे जथेदारां ने आपदे गलों गलामा लाया यह गल यह चीज गलत हुई। कदे भी किसी भी हालत में पता नहीं सरदार अजमेर सिंह उन्होंने किवें इस इन्होंने मैंबर बनना मंजूर कर लिया ये ताकतां दे जथेदारां नूं ये
चालां नहीं चलने चाहीदियां। इकट्ठ सदो खालसा पंथ दियां धिरां दा धड़ियां दा उत्थे ते कोई सांझा गुरमता करो, कोई वड्डा ऐलान करो जिहदे नाल कौम दे मसले खास तौर दे उत्ते जिहड़ा जिहड़ा च नजरबंद सिंघां दे उत्ते डिबरूगढ़ दे विच वधीकी हो रही आ उहदा कोई हल निकले। पर साडे कल्ले डिबरूगढ़ वाले नहीं, इत्थे तां साडे बड़ैल दे विच, नाभे दे विच, तिहाड़ दे विच मैनूं बड़ा अफसोस आउंदा वी साडे विचों बहुत सारे भैण भरावां नूं चेता उदों आउंदा जदों नौं लैंदे आ जग्गी जाहौल वर्गे, किन्ने साल हो गए ते उहनां दे उत्ते जिस तरीके नाल ये बग्गे हुणी गोल्डी हुणी ये सारे नौजवानां ने, यह कोई आम जे व्यक्ति नहीं हैगे, बड़े इतिहासक ते महान कारनामे। जदों अज दे समें दे विच वी जदों पता कि जिस बंदे नाल असी सोशल मीडिया दे राही आपदे मकसद नूं मुक्क रख के इंटरैक्शन करन लगे हुए हैं भी पता नहीं वह सही आ जां गलत है, पता नहीं किसी सीए स्टाफ चो किसी इंस्पैक्टर ने फेसबुक ते आईडी बनाई हुई है जिन्हों असी खालिस्तानी योधा मन के उहदे नाल असी गल्लां करी जांदे, पर अगले फिर भी रिस्क लैंदे। धन ने साडे नौजवान जिहड़े कोई ना कोई राह लभ के आपदे निशाने की पूर्ति लई कोई भी दलेरी जां कोई भी चीज छड्डदे नहीं है भी असी आ कर। अज तां कोई पिंडराला संत नहीं बैठा, अज तां कोई बधावा सू बब्बर नहीं बैठा जिहड़ा कहिंदा वी चक दो फट्टी, अज तां कोई दमदमी टकसाल जां दल खालसा नहीं पंप मारदा फिरदा इत्थे। अज तां उह नौजवान भाई जग्गी जौहल दी जदों गल करदे आ इंग्लैंड वर्गे उस थां दे उत्ते जिथे उह आपदी ऐशो इशरत वाली जिंदगी आराम नाल जिउंदा रह सकदा सी, पर सतगुरु की कृपा ते अंदरला पंथ का जज्बा उहनूं खिच के कित्थे लैके आउंदा, की कुछ उहदे तों होया, किवें इन्हां सारे नौजवानां ने इतिहास सिरजिया। ते जदों इह सारा मामला खुल्लिया तां इस मुल्क दा इस सिस्टम दा हेठां तकर दे धुर तकर कंब गए वी अज दे समें च वी सिख नौजवान इह सारे कुछ नूं अंजाम दे सकदे। चेते करो पिछे जे दिनकर गुप्ता जिहड़ा बाद च रा दा हैड वी बणिया, उह जदों डीजीपी बणिया उहने कहा सीगा वी बरगाड़ी कांड तो लैके जिदण 2018 च उन्हें गल कही सी 19 च बई हुण तिकर कुल इन्ने असी टैरोरिस्ट उह तां टैरोरिस्ट ही कहणगे ना भी इन्ने मॉडल फड़े आ इन्ने वैपन फड़े आ ते इन्हां सारिआं नूं जदों इंटरोगेशन कीती आ एक गल एक सवाल यह भी पुछिआ भी तुसीं इस पासे अज दे समें च क्यों तुहानूं की इह गल इधर क्यों आए, तां सब ने कहा कि जदों सानू इस गल का यकीन हो गया कि भारती नैटवर्क ने इस सिस्टम ने साडे इष्ट की बेपत्ती करन वालिआं नूं कोई सज़ा नहीं देनी तो फिर साडे साडे कोले कोई राह नहीं सी बचिआ, फिर असीं इस पासे नूं तुरे। सो एक पासे तां साडी कौम की वह जवानी जिहड़ी सीस तली ते धर के अज भी मैदान विच लड़न मरन नूं तैयार आ, जिहड़े अज भी चाहते हैं कि कोई सहयोग अगवाई मिले तो कौम की गल करिए, एक पासे वो है। दूजे पासे साडे आ कुर्सियां नूं भज भज के चिंबड़ नूं भजे फिरदे आ भी कदे मुख्यमंत्री बन जाइए, कदे कोई मंत्री बन जाइए, कदे MLA विधायक बन जाइए। जो इस माहौल दे विच सच्चे पातशाह की कृपा नाल साडे सामने हालात सारे ही नंगे चट्टे पए ने, जिन्हें जिधर भुगतना भुगत सकदा, जिन्हां नूं अज भी भारत माता का चा आ वह उधर जा सकता, पर इतिहास विच उहदा जिक्र किस रूप च आउणा यह सब नूं पता। जदों इतिहास दर्ज हुंदा वह इतिहास किसे नाल ना तां लिहाज करदा ना किसे दा बड़ा सत्कार रखदा, उह तां स्पष्ट गल हुंदी आ कि बंदा खड़ा किधर सी। मार सारे ने जाणा इस धरती ते, ना मैं रहना ना तुसीं रहना, सब ने जाणा, पर बाद विच ਇਹ ਗੱਲ ਰਹਿ ਜਾਂਦੀ ਆ ਕਿ ਕਿਹੜਾ ਕਿੱਧਰ ਭੁਗਤਿਆ ਸੀ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੀਏ ਕਿ ਆਪਾਂ ਸਹੀ ਪਾਸੇ ਖੜੇ ਰਹੀਏ, ਆਪਾਂ ਪੰਥ ਵਾਲੇ ਪਾਸੇ ਖੜੇ ਰਹੀਏ, ਆਪਾਂ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਪਾਸੇ ਖੜੇ ਰਹੀਏ। ਆ ਜਿਹੜੇ ਕੋਠੀਆਂ ਕਾਰਾਂ ਵਾਲੇ MLA MP ਵੰਡ ਦੇ ਚੱਕਰ 'ਚ ਬਹੁਤ ਜ਼ਿਆਦਾ ਹੇਠਲੇ ਦਰਜੇ ਤੱਕ ਤੁਰੇ ਫਿਰਦੇ ਆ, ਇਹਨਾਂ ਸਾਰਿਆਂ ਵੱਲ ਦੇਖ ਕੇ
ਆਪਦੇ ਚਿੱਤ ਨੂੰ ਡਲਾਇਆ ਨਾ ਕਰੀਏ, ਇਹ ਸੋਚਿਆ ਕਰੀਏ ਕਿ ਉਸ ਦਾਤੇ ਦੀ ਦਰਗਾਹ ਵਿੱਚ ਲੇਖਾ ਸਭ ਕਿਸੇ ਦਾ ਹੋਣਾ। ਜਿਹੜੇ ਵੱਡੇ ਵੱਡੇ ਲੋਕ ਨੇ ਨਾ, ਉਹਨਾਂ ਨੂੰ ਚਿੰਤਾ ਰੋਗ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਘੇਰਦਾ। ਗੁਰਬਾਣੀ ਨੇ ਹਰ ਤਰ੍ਹਾਂ ਸਾਡੀ ਅਗਵਾਈ ਕਰਨੀ, ਸਿੱਖ ਸਿਧਾਂਤ ਨੇ, ਸਿੱਖ ਇਤਿਹਾਸ ਨੇ ਸਾਨੂੰ ਹਰ ਤਰੀਕੇ ਨਾਲ ਸੇਧ ਦੇਣੀ ਹੈ। ਪਰ ਜਦੋਂ ਆਪਾਂ ਆਪਦੇ ਇਤਿਹਾਸ ਅਤੇ ਫਲਸਫੇ ਤੋਂ ਟੁੱਟ ਕੇ ਮਨ ਮਰਜ਼ੀਆਂ ਕਰਦੇ ਹਾਂ ਉਦੋਂ ਫਿਰ ਖੁਆਰ ਹੁੰਦੇ ਹਾਂ। ਪਰ ਫਿਰ ਵੀ ਸਤਿਗੁਰੂ ਦੀ ਸਾਡੇ ਤੇ ਬਖਸ਼ਿਸ਼ ਆ। ਅਰਦਾਸ ਜਦੋਂ ਆਪਾਂ ਕਰਦੇ ਹਾਂ ਉੱਥੇ ਪੜ੍ਹਦੇ ਹਾਂ, ਖੁਆਰ ਹੋਏ ਸਭ ਮਿਲੇਗੇ। ਸੋ ਆਪਾਂ ਆਪਦੇ ਧਰਮ ਨੂੰ, ਆਪਦੀ ਕੌਮ ਨੂੰ, ਆਪਦੀ ਬੋਲੀ ਨੂੰ ਸਮਰਪਿਤ ਹੋਈਏ, ਪੰਥ ਦੀ ਚੜ੍ਹਦੀ ਕਲਾ ਵਾਲੇ ਪਾਸੇ ਆਈਏ, ਨਿੱਕੇ ਨਿੱਕੇ ਦੁਨਿਆਵੀ ਲਾਲਚਾਂ ਤੋਂ ਨਿਰਲੇਪ ਰਹਿ ਕੇ ਖਾਲਿਸਤਾਨ ਦੀ ਸਿਰਜਣਾ ਵੱਲ ਵਧੀਏ। ਉਹ ਦਿਨ ਆਵੇ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲੇ। ਉਸ ਦਿਨ ਦੀ ਆਸ ਵਿੱਚ ਫਤਿਹ ਅਰਜ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।